ਬਠਿੰਡਾ ਦੇ ਪਿੰਡ ਮੱਲਾਂ ਵਾਲਾ 'ਚ 5 ਸਾਲ ਦੀ ਛੋਟੀ ਬੱਚੀ ਦੇ ਨਾਲ ਬਲਾਤਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਆਰੋਪੀ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ, ਜੋ ਪਿੰਡ ਮੱਲਾਂ ਵਾਲਾ ਦਾ ਹੀ ਰਹਿਣ ਵਾਲਾ ਹੈ ਅਤੇ ਜੋ ਅਜੇ ਫਰਾਰ ਹੈ। ਬੱਚੇ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਚਿਲਡਰਨ ਵਾਰਡ 'ਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਆਰੋਪੀ ਦੇ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਨੂੰ ਫੜਨ ਦੇ ਲਈ ਛਾਪੇਮਾਰੀ ਚੱਲ ਰਹੀ ਹੈ। ਕੱਲ੍ਹ ਸਾਡੇ ਕੋਲ ਰਾਤ ਨੂੰ ਬੱਚੀ 11:15 ਵਜੇ ਆਈ ਹੈ, ਉਹਦੇ ਘਰ 'ਤੇ ਲੈ ਕੇ ਆਇਆ ਸੈਕਸ ਅਸੋਲਟ ਦੀ ਹਿਸਟਰੀ ਨਾਲ। ਮੌਕੇ 'ਤੇ ਸਾਡੇ ਡਿਊਟੀ ਦੇ ਡਾਕਟਰ ਅਲਕਾ ਕਰਕੇ ਉਹਦਾ ਐਗਜ਼ਾਮੀਨੇਸ਼ਨ ਕੀਤਾ, ਉਹਨੂੰ ਦਾਖਲ ਕੀਤਾ, ਉਹਦੀ ਮੈਡੀਕਲ ਰਿਪੋਰਟ ਤਿਆਰ ਕਰ ਲਈ, ਉਹਦੇ ਸਵੈਬ ਵੀ ਲੈ ਲਏ, ਪੁਲਿਸ ਨੂੰ ਵੀ ਅਸੀਂ ਇਨਫੋਰਮ ਕਰਤਾ। ਇਦੋਂ ਬਾਅਦ ਜੋ ਕਾਰਵਾਈ ਹੈ ਉਹ ਪੁਲਿਸ ਨੇ ਹੀ ਕਰਨੀ ਹੈ। ਸਾਡੀ ਜੋ ਡਿਊਟੀ ਬਣਦੀ ਸੀ ਉਹਨੂੰ ਦਾਖਲ ਕਰਨਾ, ਉਹਦੀ MLR ਕੱਟਣੀ, ਪੁਲਿਸ ਸਲਾਹ ਕਰਨਾ, ਉਹ ਸਾਰਾ ਅਸੀਂ ਕਰਤਾ। ਬੱਚੀ ਦੀ ਕੰਡੀਸ਼ਨ ਸਟੇਬਲ ਹੈ, ਬੱਚੀ ਨੂੰ ਕਿਸ ਤਰ੍ਹਾਂ ਦਾ ਕੋਈ ਖਤਰਾ ਨਹੀਂ। ਅੱਜ ਸਾਡੇ ਥਾਣਾ ਰਾਮਾ ਵਿੱਚ ਇੱਕ ਰੁਕਾ ਆਇਆ ਸੀ ਕਿ ਥਾਣਾ ਰਾਮਾ ਦੇ ਏਰੀਏ ਵਿੱਚ ਇੱਕ ਮਾਈਨਰ ਬੱਚੀ ਸਿਵਲ ਹੋਸਪਿਟਲ ਵਿੱਚ ਦਾਖਲ ਹੈ, ਜਿਹਦੇ ਨਾਲ ਰੇਪ ਜਾਂ ਰੇਪ ਦੀ ਕੋਸ਼ਿਸ਼ ਹੋਈ ਹੋ ਸਕਦੀ। ਸੋ ਉਹਦੇ ਸੰਬੰਧ ਦੇ ਵਿੱਚ ਅਸੀਂ ਲੇਡੀ ਸਬ ਇੰਸਪੈਕਟਰ ਇੱਥੋਂ ਲੈ ਕੇ, ਉਸਨੇ ਉਸ ਬੱਚੀ ਅਤੇ ਉਹਦੇ ਘਰ ਵਾਲਿਆਂ ਨੂੰ ਅਤੇ ਡਾਕਟਰ ਸਾਹਿਬ ਦੀ ਰਾਏ ਮੁਤਾਬਕ ਪੁੱਛਗਿੱਛ ਕਰਕੇ ਬਿਆਨ ਲਏ ਹੈ, ਜਿਹਦੇ 'ਤੇ ਥਾਣਾ ਰਾਮਾ ਦੇ ਇੱਕ ਪਿੰਡ ਦੇ ਏਰੀਏ ਦੇ ਬੰਦੇ ਦੇ ਖਿਲਾਫ 376 ਅਤੇ ਪੋਕਸੋ ਐਕਟ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਮੰਦਰ ਸਿੰਘ ਹਾਂ, ਉਸ ਏਰੀਏ, ਉਸ ਬਿਲਕੁਲ ਉਸ ਏਰੀਏ ਦਾ। ਮੈਂ ਜ਼ਿਆਦਾ ਡਿਟੇਲ ਬੱਚੇ ਬਾਰੇ ਜਾਂ ਹੋਰ ਨਹੀਂ ਦੱਸ ਸਕਦਾ, ਲੇਕਿਨ ਉਸ ਬੰਦੇ ਨੂੰ ਜਲਦੀ ਕਾਬੂ ਕਰਕੇ ਗ੍ਰਿਫਤਾਰ ਕਰ ਲਿਆ ਜਾਏਗਾ। ਬਠਿੰਡਾ ਤੋਂ ਨਰੇਸ਼ ਕੁਮਾਰ ਦੀ ਰਿਪੋਰਟ, ਚੈਨਲ 2।